ਤੁਹਾਨੂੰ ਕਿਸੇ ਵੀ ਜਥੇਬੰਦੀ ਨੇ, ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ, ਚਾਹੇ ਹੋਰ ਜਥੇਬੰਦੀਆਂ ਹੋਣ, ਕਿਸੇ ਨੇ ਤੁਹਾਨੂੰ ਹੁੰਗਾਰਾ ਨਹੀਂ ਭਰਿਆ। ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ SGPC ਪ੍ਰਧਾਨ ਸਾਹਿਬ, ਅਲੱਗ ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲ੍ਹਿਆ। ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲ੍ਹ ਦੂ, ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ। ਇਸ ਕਰਕੇ ਤੁਹਾਨੂੰ ਕਿਤੋਂ ਵੀ ਸਪੋਰਟ ਨਹੀਂ ਮਿਲੀ, ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਂਸਲ ਕੀਤਾ। ਦੂਜਾ ਪੁਆਇੰਟ, ਇੱਕ ਦਬਕਾ ਅਮਿਤ ਸ਼ਾਹ ਜੀ ਦਾ, ਹੋਮ ਮਿਨਿਸਟਰ ਸਾਹਿਬ ਦਾ ਵੱਜਿਆ, ਅਤੇ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ। ਦੇਖੋ, ਮੈਂ ਹੁਣੀ ਜਿਹੜੇ SGPC ਪ੍ਰਧਾਨ ਨੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਚੈਨਲਾਂ ਨੂੰ। ਮੈਂ ਇੱਕ ਗੱਲ ਤਾਂ ਜ਼ਰੂਰ ਕਹੂੰਗਾ ਵੀ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕੇ। ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ 'ਚ ਜੋ ਨੁਕਸਾਨ ਸਿੱਖੀ ਦਾ, ਪੰਜਾਬੀਆਂ ਦਾ, ਕੌਮ ਦਾ ਕੀਤਾ। ਅੱਜ ਦੋ ਗੱਲਾਂ ਇਹਦੇ ਵਿੱਚ, ਪਹਿਲੀ ਗੱਲ ਰਾਜੋਆਣਾ ਜਿਹਨੂੰ ਤੁਸੀਂ ਗੱਲ ਕਰਦੇ ਹੋ, ਉਸ ਇਸ਼ੂ 'ਤੇ ਤੁਸੀਂ ਅੱਜ 20 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਂਸਲ ਕਰਨਾ ਪੈ ਗਿਆ। ਤੁਹਾਨੂੰ ਕਿਸੇ ਵੀ ਜਥੇਬੰਦੀ ਨੇ, ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ, ਚਾਹੇ ਹੋਰ ਜਥੇਬੰਦੀਆਂ ਹੋਣ, ਕਿਸੇ ਨੇ ਤੁਹਾਨੂੰ ਹੁੰਗਾਰਾ ਨਹੀਂ ਭਰਿਆ। ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ SGPC ਪ੍ਰਧਾਨ ਸਾਹਿਬ, ਅਲੱਗ ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲ੍ਹਿਆ। ਕਿਉਂਕਿ ਕੌਣ ਖੋਲੂਗਾ? ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲ੍ਹ ਦੂ, ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ। ਇਸ ਕਰਕੇ ਤੁਹਾਨੂੰ ਕਿਤੋਂ ਵੀ ਸਪੋਰਟ ਨਹੀਂ ਮਿਲੀ, ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਂਸਲ ਕੀਤਾ। ਦੂਜਾ ਪੁਆਇੰਟ, ਤੁਸੀਂ ਇਹ ਰਾਜੋਆਣਾ ਅਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੀ ਗੱਲ ਸੁਣ ਲੈਣ। ਇੱਕ ਘੁੜਕੀ, ਇੱਕ ਦਬਕਾ ਅਮਿਤ ਸ਼ਾਹ ਜੀ ਦਾ, ਹੋਮ ਮਿਨਿਸਟਰ ਸਾਹਿਬ ਦਾ ਵੱਜਿਆ, ਅਤੇ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਵੀ ਵੜਕੇ ਦਿਖਾਇਓ ਦਿੱਲੀ। ਉਹਨਾਂ ਨੇ ਕਿਹਾ, ਬੁਲਾ ਕੇ ਦੋਨੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਅਕਾਲੀ ਦਲ ਦੇ, ਅਤੇ ਇਹ ਅੱਜ ਅਨਾਊਂਸਮੈਂਟ ਗੱਲ ਪਾਤੀ ਫਿਰ SGPC ਪ੍ਰਧਾਨ ਦੇ। ਦਿੱਲੀ ਵਾਲੇ ਜਿਹੜੇ ਪ੍ਰਧਾਨ ਜੀ ਨੇ ਉਹ ਤਾਂ ਹੈ ਹੀ ਉੱਥੇ, ਉਹ ਤਾਂ ਦਿੱਲੀ 'ਚ ਨੇ ਇਸ ਵੇਲੇ, BJP ਦੇ ਨਾਲ ਨੇ, ਤੁਹਾਡੇ ਨਾਲ ਤਾਂ ਹੈ ਨਹੀਂ। ਉਹਨਾਂ ਦਾ ਚਿੱਠੀ ਦਾ ਬਹਾਨਾ ਨਾ ਬਣਾਓ। ਦੋਨੋਂ ਗੱਲਾਂ, ਇੱਕ ਤੁਹਾਡੇ ਨਾਲ ਕਿਸੇ ਨੇ ਜਾਣ ਦੀ ਜਿਹੜੀ ਉਹ ਤੁਹਾਨੂੰ ਨਾ ਕੀਤੀ, ਦੂਜੀ ਸਰਕਾਰ ਦੀ ਘੁਰਕੀ ਤੋਂ ਤੁਸੀਂ, ਅਮਿਤ ਸ਼ਾਹ ਜੀ ਦੇ ਡਰ ਤੋਂ ਤੁਸੀਂ ਇਹ ਪ੍ਰੋਗਰਾਮ ਕੈਂਸਲ ਕੀਤਾ ਹੈ। ਅਤੇ ਹੁਣ ਜਿਹੜੇ ਇਹਨਾਂ 'ਤੇ ਆਸਾਂ ਲਾ ਕੇ ਬਹਿੰਦੇ ਆ ਵੀ ਇਹ ਤੁਹਾਡੇ ਲਈ ਕੁਛ ਕਰਨਗੇ, ਉਹ ਅੱਜ ਗੱਲ ਸਾਹਮਣੇ ਆ ਗਈ। ਅਤੇ ਦੂਜੀ, ਉਹ ਜਿਹੜੀ ਬੇਅਦਬੀ ਕੀਤੀ, ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ, ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਖਿਲਾਫ ਮਰਨ ਵਰਤ 'ਤੇ ਬੈਠੂੰਗਾ, ਅਤੇ ਦੇਖਿਓ ਲੋਕਾਂ ਦੀ ਸਪੋਰਟ ਉਹਦੇ ਨਾਲ ਕਿਵੇਂ ਹੋਏਗੀ, ਕਿਵੇਂ ਲੋਕ ਉਹਦੇ ਨਾਲ ਜਾਣਗੇ। ਅਤੇ ਅੱਜ ਦੋਨੋਂ ਗੱਲਾਂ ਦਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਮੋਢਿਆਂ 'ਤੇ ਕੋਈ ਲੜਾਈ ਲੜ ਲੂਗਾ। ਅਤੇ ਅੰਦਰ ਬੈਠੇ ਰਾਜੋਆਣਾ ਅਤੇ ਉਹਨਾਂ ਦੀ ਭੈਣ ਜਿਹੜੀ ਇਹਨਾਂ ਨਾਲ ਕਈ ਵਾਰ ਰਲ ਜਾਂਦੀ ਆ, ਕਿਉਂਕਿ ਫੰਡ ਫੁੰਡ ਦੇ ਕੇ ਇਹ ਕੋਸ਼ਿਸ਼ ਕਰਦੇ ਆ ਬਾਹਰ ਉਹਨਾਂ ਨੂੰ ਮੀਟਿੰਗਾਂ 'ਚ ਮੈਂਬਰ ਬਣਾ ਕੇ, ਪਰ ਰਾਜੋਆਣਾ ਸਾਹਿਬ ਨੂੰ ਅੱਜ ਸੁਨੇਹਾ ਜ਼ਰੂਰ ਦਾ ਦੇਣ ਵੀ ਜਿਨ੍ਹਾਂ ਦੇ ਸਿਰ 'ਤੇ ਤੁਹਾਡੇ ਕੋਲ ਜਥੇਦਾਰ ਸਾਹਿਬ ਭੇਜੇ ਜਾ ਰਹੇ ਸੀ, ਤੁਹਾਡੇ ਕੋਲ SGPC ਦੇ ਪ੍ਰਧਾਨ ਭੇਜੇ ਜਾ ਰਹੇ ਸੀ, ਅੱਜ ਉਹਨਾਂ ਨੇ ਹਥਿਆਰ ਸਿੱਟ 'ਤੇ। ਅਗਲੀ ਲੜਾਈ ਹੁਣ ਤੁਸੀਂ ਆਪ ਸੋਚ ਲਿਓ ਕਿਹਨਾਂ ਦੇ ਸਿਰ 'ਤੇ ਲੜਨੀ ਆ। ਧੰਨਵਾਦ।